ਟਿਵਾਣਾ ਰੇਡੀ ਦੇ ਸਤਿਕਾਰ ਸੋਤੇ ਲਾਓ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੋਕ ਕਹਾਣੀ ਬਾਤਾਂ ਦੇ ਇਸ ਪੰਜਾਬ ਦੀਆਂ 'ਚੋਂ ਅਕਲਾਂ ਵਾਲੀ। ਇੱਕ ਰਾਜਾ ਸੀ ਅਤੇ ਇੱਕ ਵਜ਼ੀਰ ਸੀ। ਉਹਨਾਂ ਦੋਨਾਂ ਦੇ ਘਰ ਪੁੱਤਰ ਜੰਮੇ। ਉਹਨਾਂ ਦੋਹਾਂ ਦੇ 40 ਸਾਂਝੇ ਸਨ, ਜਾਣੀ ਕਿ ਇੱਕੋ ਸਮੇਂ ਜੰਮੇ। 40 ਚਲੀਹਾ ਹੁੰਦਾ ਜਿਸ ਦਿਨ ਫਿਰ ਬਾਹਰ ਵਧਾਉਂਦੇ ਨੇ 40 ਦਿਨਾਂ ਬਾਅਦ। ਸੋ ਵਜ਼ੀਰ ਦੀ ਘਰਵਾਲੀ ਨੂੰ ਅਤੇ ਰਾਜੇ ਦੀ ਘਰਵਾਲੀ ਨੂੰ ਉਹਨਾਂ ਬੱਚਿਆਂ ਨੂੰ ਇੱਕੋ ਹੀ ਸਮੇਂ ਫਿਰ 40 ਚੋਂ ਬਾਹਰ ਕੱਢਿਆ ਗਿਆ। ਦੋਨੇ ਬੱਚੇ ਇਕੱਠੇ ਹੋ ਕੇ ਵੱਡੇ ਹੋਏ। ਜਦੋਂ ਦੋਨਾਂ ਨੇ ਜਵਾਨੀ 'ਚ ਪੈਰ ਪਾਇਆ ਤਾਂ ਦੋਨਾਂ ਦਾ ਪਿਆਰ ਬਹੁਤ ਵੱਧ ਗਿਆ। ਦੋਵੇਂ ਇੱਕ ਦੂਸਰੇ ਨਾਲ ਸਾਰਾ ਦਿਨ ਹਾਸਾ ਠੱਠਾ ਕਰਦੇ, ਇਕੱਠੇ ਪੜ੍ਹਦੇ, ਅਤੇ ਇੱਕ ਵਾਰ ਉਹਨਾਂ ਦੇ ਦੋਨਾਂ ਦੇ ਵਿੱਚ ਆਪਸੀ ਵਿਆਹ ਦੀਆਂ ਗੱਲਾਂ ਛਿੜ ਪਈਆਂ। ਰਾਜੇ ਦਾ ਮੁੰਡਾ ਰਾਜਕੁਮਾਰ ਕਹਿਣ ਲੱਗਾ, ਭਾਈ ਗੱਲ ਸੁਣ, ਮੇਰਾ ਵਿਆਹ ਤਾਂ ਛੇਤੀ ਨਹੀਂ ਹੋਣਾ, ਕਿਉਂਕਿ ਕਿਸੇ ਰਾਜੇ ਦੀ ਧੀ ਚਾਹੀਦੀ ਹੋਣੀ ਆ। ਨੇੜੇ ਤੇੜੇ ਤਾਂ ਕਿਸੇ ਦੇ ਰਾਜੇ ਦੀ ਲੜਕੀ ਹਾਲੇ ਜਵਾਨ ਵੀ ਨਹੀਂ, ਪਰ ਵਿਆਹ ਤਾਂ ਕਹਿੰਦਾ ਤੁਹਾਡਾ ਹੀ ਪਹਿਲਾਂ ਹੋਣਾ, ਮੇਰਾ ਨਹੀਂ। ਮੇਰੇ ਪਿਤਾ ਜੀ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਰਾਜਕੁਮਾਰ ਦਾ ਵਿਆਹ ਨਹੀਂ ਹੋ ਜਾਂਦਾ, ਤੇਰੇ ਵਿਆਹ ਦਾ ਸਵਾਲ ਨਹੀਂ ਉੱਠਦਾ। ਵਜ਼ੀਰ ਦੇ ਮੁੰਡੇ ਨੇ ਆਪਣੀ ਗੱਲ ਕਹਿ ਦਿੱਤੀ ਕਿ ਪਹਿਲਾਂ ਮੇਰੇ ਪਿਤਾ ਵਜ਼ੀਰ ਨੇ, ਉਹ ਕਹਿੰਦੇ ਪਹਿਲਾਂ ਰਾਜੇ ਦਾ ਮੁੰਡਾ ਵਿਆਹ ਜਾਊ, ਫਿਰ ਤੈਨੂੰ ਵਿਆਹਾਂਗੇ। ਅੱਛਾ, ਫਿਰ ਉਹ ਕਹਿੰਦਾ ਇਉਂ ਕਰਦੇ ਹਾਂ। ਰਾਜੇ ਦਾ ਮੁੰਡਾ ਕਹਿੰਦਾ ਕਿ ਦੋਹਾਂ 'ਚੋਂ ਜਿਸ ਦਾ ਵੀ ਵਿਆਹ ਪਹਿਲਾਂ ਹੋ ਜਾਵੇ, ਉਸ ਦੀ ਵਹੁਟੀ ਪਹਿਲੀ ਰਾਤ ਦੂਜੇ ਕੋਲ ਰਹੇ। ਅਜੀਬ ਸ਼ਰਤ ਸੀ, ਦੋਨਾਂ 'ਚ ਪਿਆਰ ਬਹੁਤ ਸੀਗਾ, ਹਰ ਚੀਜ਼ ਵੰਡ ਕੇ ਖਾਂਦੇ ਸੀ। ਜਾਣੀ ਉਹ ਰਾਜਕੁਮਾਰ ਕਹਿੰਦਾ ਵੀ ਜਿਹਦਾ ਪਹਿਲਾਂ ਵਿਆਹ ਹੋ ਗਿਆ ਨਾ, ਉਹ ਆਪਣੀ ਵਹੁਟੀ ਨੂੰ ਪਹਿਲੀ ਰਾਤ ਦੂਸਰੇ ਕੋਲ ਭੇਜੇਗਾ। ਰਾਜੇ ਨੇ ਮੁਸਕਰਾਉਂਦੇ ਆਖਿਆ, ਜੇ ਮੇਰਾ ਵਿਆਹ ਪਹਿਲਾਂ ਹੋਇਆ ਤਾਂ ਮੇਰੀ ਵਹੁਟੀ ਨੂੰ ਪਹਿਲੀ ਰਾਤ ਤੂੰ ਰੱਖੀਂ, ਜੇ ਵਜ਼ੀਰ ਦੇ ਪੁੱਤਰਾ ਤੇਰਾ ਵਿਆਹ ਪਹਿਲਾਂ ਹੋਇਆ ਤਾਂ ਤੇਰੀ ਵਹੁਟੀ ਪਹਿਲੀ ਰਾਤ ਮੇਰੇ ਕੋਲ ਰਹੇਗੀ। ਖੈਰ, ਅਤੇ ਵਜ਼ੀਰ ਦਾ ਪੁੱਤਰ ਕਹਿੰਦਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਰਾਜਕੁਮਾਰ ਤੁਸੀਂ ਮੁਨਕਰ ਹੋ ਜਾਣਾ। ਉਹ ਕਹਿੰਦਾ ਨਹੀਂ ਨਹੀਂ, ਮੇਰਾ ਖੱਤਰੀ ਦਾ ਬਚਨ ਹੈ, ਕਿਉਂਕਿ ਰਾਜਪੁੱਤਰ ਦੇ ਪੁੱਤਰ ਦਾ ਬਚਨ ਹੁੰਦਾ ਜੀ। ਰਾਜਕੁਮਾਰ ਨੇ ਵਜ਼ੀਰ ਦੇ ਪੁੱਤਰ ਦਾ ਹੱਥ ਫੜ ਕੇ ਉਹ ਬਚਨ ਦਿੱਤਾ ਕਿ ਮੇਰਾ ਬਚਨ ਹੈ ਖੱਤਰੀ ਦੇ ਪੁੱਤਰ ਦਾ, ਜਾਨ ਜਾਏ ਪਰ ਵਚਨ ਨਾ ਜਾਏ। ਵਜ਼ੀਰ ਦੇ ਪੁੱਤਰ ਨੇ ਜਵਾਬ ਦਿੱਤਾ ਅਤੇ ਮੇਰਾ ਰਾਜਪੂਤ ਦਾ ਵੀ ਇਹ ਵਚਨ ਹੈ। ਸੋ ਗੱਲ ਆਈ ਗਈ ਹੋ ਗਈ, ਦਿਨ ਬੀਤਦੇ ਗਏ। ਕੁਝ ਸਮੇਂ ਬਾਅਦ ਰਾਜਕੁਮਾਰ ਦੀ ਕੁੜਮਾਈ ਕਿਸੇ ਰਾਜਕੁਮਾਰੀ ਨਾਲ ਹੋ ਗਈ ਮੰਗਣੀ, ਅਤੇ ਫਿਰ ਵਿਆਹ ਹੋ ਗਿਆ। ਲਾਵਾਂ ਤੋਂ ਬਾਅਦ ਵਜ਼ੀਰ ਦੇ ਪੁੱਤਰ ਨੇ ਰਾਜਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ, ਹਜ਼ੂਰ ਤੁਹਾਨੂੰ ਉਹ ਆਪਣਾ ਬਚਨ ਯਾਦ ਹੈ ਜਿਹੜਾ 2 ਸਾਲ ਪਹਿਲਾਂ ਤੁਸੀਂ ਤਲਾਅ ਦੇ ਕੰਢੇ ਦਿੱਤਾ ਸੀ? ਕਿ ਉਹ ਕਹਿੰਦਾ ਨਹੀਂ ਯਾਰ, ਕਿਹੜਾ ਬਚਨ? ਰਾਜਕੁਮਾਰ ਨੇ ਹੈਰਾਨ ਹੋ ਕੇ ਪੁੱਛਿਆ। ਵਜ਼ੀਰ ਦੇ ਪੁੱਤਰ ਨੇ ਸਾਰੀ ਗੱਲ ਚੇਤੇ ਕਰਾਈ ਕਿ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਜੇ ਮੇਰਾ ਵਿਆਹ ਪਹਿਲਾਂ ਹੋ ਗਿਆ ਤਾਂ ਮੇਰੀ ਪਤਨੀ ਪਹਿਲੀ ਰਾਤ ਤੇਰੇ ਕੋਲ ਰਹੇਗੀ? ਸੋ ਵਜ਼ੀਰ ਦੇ ਪੁੱਤਰ ਨੇ ਉਹ ਸਾਰੀ ਘਟਨਾ ਚੇਤੇ ਕਰਾਈ। ਸੋ ਵਜ਼ੀਰ ਦੇ ਪੁੱਤਰ ਨੇ ਰਾਜੇ ਦੇ ਪੁੱਤਰ ਨੂੰ ਪੁੱਛਿਆ, ਤੁਸੀਂ ਖੱਤਰੀ ਪੁੱਤਰ ਹੋ ਅਤੇ ਉਹ ਬਚਨ ਨੂੰ ਕਿਵੇਂ ਪਾਲੋਗੇ ਹੁਣ? ਰਾਜਕੁਮਾਰ ਸੋਚੀ ਪੈ ਗਿਆ, ਕਿੰਨਾ ਚਿਰ ਉਹ ਗੰਭੀਰ ਰਿਹਾ ਅਤੇ ਫਿਰ ਕਹਿਣ ਲੱਗਾ, ਮੈਂ ਬਚਨ ਨਹੀਂ ਹਾਰਾਂਗਾ, ਮੇਰੀ ਰਾਤ ਮੇਰੀ ਬੀਵੀ ਤੇਰੇ ਕੋਲ ਰਹੇਗੀ, ਮੈਂ ਉਸਨੂੰ ਸਮਝਾ ਲਵਾਂਗਾ, ਪਰ ਇੱਕ ਬਚਨ ਤੂੰ ਇਹ ਵੀ ਦੇ ਕਿ ਗੱਲ ਕਦੇ ਆਪਾਂ ਤੋਂ ਬਾਹਰ ਨਾ ਨਿਕਲੇ, ਜੇ ਗੱਲ ਬਾਹਰ ਨਿਕਲ ਗਈ ਇਸ ਸ਼ਰਤ ਦੀ ਤਾਂ ਮੈਂ ਤੈਨੂੰ ਬਹੁਤ ਵੱਡੀ ਸਜ਼ਾ ਦੇਵਾਂਗਾ। ਵਜ਼ੀਰ ਪੁੱਤਰ ਕਹਿੰਦਾ ਠੀਕ ਹੈ। ਸੋ ਰਾਜਕੁਮਾਰ ਦੀ ਜਿਹੜੀ ਵਹੁਟੀ ਸੀ, ਜਿਹੜੀ ਉਸਨੂੰ ਰਾਜਕੁਮਾਰੀ ਵਿਆਹੀ, ਉਸਦਾ ਨਾਂ ਸੀ ਅਕਲਾਂ ਵਾਲੀ। ਵੇਖਣ ਦੇ ਵਿੱਚ ਉਹ ਜਿੰਨੀ ਸੁਭਕ ਅਤੇ ਸੋਹਣੀ ਸੀ ਅਤੇ ਵਰਤਾਰੇ ਦੇ ਵਿੱਚ ਉਨੀ ਸੁਚੱਜੀ ਅਤੇ ਸੂਝਵਾਨ ਸੀ। ਸਭ ਤੋਂ ਵੱਡੀ ਮੁਸੀਬਤ ਵਿੱਚ ਵੀ ਉਹ ਨਾ ਘਬਰਾਉਂਦੀ, ਕਿਉਂਕਿ ਜੈਨੈਟਿਕਲੀ ਕੁਛ ਖਾਨਦਾਨੀ ਗੁਣ ਹੁੰਦੇ ਨੇ, ਪਰਵਰਿਸ਼ ਇੱਦਾਂ ਦੀ ਹੁੰਦੀ ਹੈ। ਰਾਤੀ ਜਦੋਂ ਆਪਣੇ ਕਮਰੇ ਦੇ ਵਿੱਚ ਕੁੰਡ ਕੱਢ ਕੇ ਸੇਜ 'ਤੇ ਬੈਠੀ ਰਾਜਕੁਮਾਰ ਨੂੰ ਉਡੀਕ ਰਹੀ ਸੀ ਤਾਂ ਵਜ਼ੀਰ ਦਾ ਪੁੱਤਰ ਉਸਦੇ ਕਮਰੇ 'ਚ ਆਇਆ। ਪਰ ਉਹ ਰਾਜਕੁਮਾਰ ਨੂੰ ਚੰਗੀ ਤਰ੍ਹਾਂ ਪਛਾਣਦੀ ਸੀ ਅਤੇ ਰਾਜਕੁਮਾਰ ਦੀ ਵਜ਼ੀਰ ਦੇ ਪੁੱਤਰ ਨਾਲ ਜਿਗਰੀ ਦੋਸਤੀ ਬਾਰੇ ਵੀ ਉਹ ਕਿੱਸੇ ਪਹਿਲਾਂ ਸੁਣ ਚੁੱਕੀ ਸੀ। ਅਤੇ ਅਕਲਾਂ ਵਾਲੀ ਨੇ ਘੁੰਡ ਵਿੱਚ ਝਾਕਦੇ ਹੋਏ ਆਖਿਆ, ਤੁਸੀਂ ਕੌਣ ਹੋ? ਰਾਜਕੁਮਾਰ ਕਿੱਥੇ ਨੇ?
ਤੁਸੀਂ ਇੱਥੇ ਕਿਉਂ ਆਏ ਹੋ? ਉਸਨੇ ਵਜ਼ੀਰ ਦੇ ਪੁੱਤਰ ਨੂੰ ਆਖਿਆ। ਵਜ਼ੀਰ ਦਾ ਪੁੱਤਰ ਨੇ ਹੌਸਲੇ ਨਾਲ ਆਖਿਆ ਕਿ ਮੈਂ ਰਾਜਕੁਮਾਰ ਦਾ ਗਹਿਰਾ ਦੋਸਤ ਹਾਂ। ਫਿਰ ਤਲਾਅ ਦੇ ਕੰਢੇ ਵਾਲੀ ਸਾਰੀ ਘਟਨਾ ਉਸਨੂੰ ਸੁਣਾਈ ਅਤੇ ਆਖਿਆ ਕਿ ਸਾਡੇ ਦੋਹਾਂ 'ਚ ਇਹ ਬਚਨ ਹੋਇਆ ਸੀ, ਉਸ ਬਚਨ ਦੇ ਮੁਤਾਬਕ ਮੈਂ ਅੱਜ ਦੀ ਰਾਤ ਤੁਹਾਡੇ ਕੋਲ ਰਹਾਂਗਾ। ਜੇ ਤੁਸੀਂ ਰਾਜਕੁਮਾਰ ਦੇ ਬਚਨ ਦਾ ਮੁੱਲ ਨਹੀਂ ਸਮਝਦੇ ਤਾਂ ਮੈਂ ਹੁਣੇ ਚਲਾ ਜਾਂਦਾ। ਸੋ ਅਕਲਾਂ ਵਾਲੀ ਕੁਝ ਦੇਰ ਸੋਚਦੀ ਰਹੀ, ਫਿਰ ਕਹਿਣ ਲੱਗੀ, ਰਾਜਕੁਮਾਰ ਤਾਂ ਮੇਰੇ ਲਈ ਦੇਵਤਾ ਸਰੂਪ ਨੇ, ਮੇਰੇ ਪਤੀ ਪਰਮੇਸ਼ਰ ਨੇ। ਮੈਂ ਉਹਨਾਂ ਦੇ ਦਿੱਤੇ ਬਚਨ 'ਤੇ ਫੁੱਲ ਚੜ੍ਹਾਵਾਂਗੀ। ਤੁਸੀਂ ਦਰਵਾਜ਼ਾ ਬੰਦ ਕਰੋ ਅਤੇ ਬੈਠ ਜਾਓ। ਖੈਰ, ਵਜ਼ੀਰ ਦਾ ਪੁੱਤਰ ਪਲੰਘ ਦੇ ਇੱਕ ਪਾਸੇ ਬੈਠ ਗਿਆ ਅਤੇ ਫਿਰ ਉਸਨੇ ਝੁਕਦੇ ਝੁਕਦੇ ਆਖਿਆ ਕਿ ਜੇ ਗੁਸਤਾਖੀ ਨਾ ਸਮਝੇ, ਮੈਂ ਤੁਹਾਡਾ ਘੁੰਡ ਉਤਾਰਨਾ ਚਾਹੁੰਦਾ। ਅਤੇ ਫਿਰ ਇੱਕ ਥਾਲ ਜਿਸ ਦੇ ਵਿੱਚ ਖੋਪਾ, ਬਦਾਮ, ਗਿਰੀਆਂ, ਮੇਵੇ, ਛੁਹਾਰੇ ਆਦਿ ਪਏ ਸਨ, ਉਹ ਚੁੱਕ ਕੇ ਉਸਨੇ ਰਾਜਕੁਮਾਰੀ ਦੇ ਅੱਗੇ ਰੱਖਦਿਆਂ ਆਖਿਆ ਕਿ ਲਓ, ਇਹ ਮੂੰਹ ਵਿਖਾਈ ਹੈ। ਫਿਰ ਇੱਕ ਹੀਰੇ ਜਿਹੜੀ ਮੁੰਦਰੀ ਦਿੰਦਿਆਂ ਕਹਿਣ ਲੱਗਾ, ਇਹ ਮੁੰਦਰੀ ਉਂਗਲ ਵਿੱਚ ਪਹਿਨ ਲਓ, ਇਹੋ ਸਾਡੀ ਰੀਤ ਹੈ। ਅਕਲਾਂ ਵਾਲੀ ਕਹਿਣ ਲੱਗੀ, ਇੱਕ ਬੇਨਤੀ ਮੰਨੋਗੇ? ਤੁਹਾਨੂੰ ਇਹ ਰੀਤ ਸਾਡੇ ਘਰ ਦੀ ਹੀ ਤੁਹਾਨੂੰ ਰੀਤ ਤਾਂ ਸਾਡੇ ਘਰ ਦੀ ਹੀ ਕਰਨੀ ਪਏਗੀ। ਠੀਕ ਹੈ, ਰੀਤ ਤੁਹਾਡੀ ਕਰ ਲੈਂਦੇ ਹਾਂ, ਪਰ ਇਸ ਵਿੱਚੋਂ ਮੈਨੂੰ ਕੋਈ ਉਜ਼ਰ ਨਹੀਂ। ਅਕਲਾਂ ਵਾਲੀ ਪਲੰਘ ਤੋਂ ਉਤਰ ਕੇ ਫਰਸ਼ 'ਤੇ ਬੈਠ ਗਈ। ਕਹਿਣ ਲੱਗੀ, ਸਾਡੇ ਘਰ ਇਹ ਰੀਤ ਹੈ ਕਿ ਜਿਸ ਪਲੰਘ ਉੱਤੇ ਪਹਿਲੀ ਰਾਤ ਦੁੱਲ੍ਹਾ ਅਤੇ ਦੁਲਹਨ ਸੌਂਦੇ ਨੇ, ਉੱਥੇ ਉਸਨੂੰ ਦੁੱਲ੍ਹਾ ਪਹਿਲਾਂ ਇੱਕ ਰੱਸੀ ਕਰਕੇ ਉਧੇੜਦਾ ਅਤੇ ਫਿਰ ਬੁਣਦਾ ਹੈ, ਅਤੇ ਇਸ ਦੌਰਾਨ ਆਪਾਂ ਦੋਵੇਂ ਉਦੋਂ ਤੱਕ ਗੱਲ ਨਹੀਂ ਕਰ ਸਕਦੇ। ਇਹ ਸ਼ਗਨ ਮੁੱਕਣ ਤੋਂ ਬਾਅਦ ਮੂੰਹ ਦਿਖਾਈ ਹੁੰਦੀ ਹੈ। ਜਾਣੀ ਉਹਨੇ ਕਹਾਣੀ ਪਾ ਦਿੱਤੀ ਰਾਜਕੁਮਾਰੀ ਨੇ, ਕਹਿੰਦੇ ਸਾਡੇ ਇੱਕ ਜੇ ਠੀਕ ਹੈ ਤੂੰ ਮੂੰਹ ਦਿਖਾਈ ਦੇ ਰਿਹਾ, ਕਿਉਂਕਿ ਉਹਦਾ ਹੀ ਆ ਸੁਹਾਗ ਰਾਤ 'ਤੇ, ਜੇ ਮੂੰਹ ਦਿਖਾਈ ਦੇ ਦਿੱਤੀ ਤਾਂ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਵੱਧ ਜਾਂਦਾ ਆਪਸੀ ਮਿਲਣ ਦਾ। ਉਹ ਕਹਿੰਦੇ ਠੀਕ ਹੈ, ਤੁਹਾਡੇ ਵਾਲੀ ਰੀਤ ਵੀ ਕਰ ਲੈਂਦੇ ਹਾਂ, ਪਰ ਸਾਡੀ ਜਿਹੜੀ ਰੀਤ ਹੈ ਘਰ ਦੀ, ਸਾਡੇ ਪੇਕਿਆਂ ਦੀ, ਉਹ ਵੀ ਕਰਨੀ ਪਏਗੀ। ਸਾਡੇ ਪੇਕਿਆਂ ਦੀ ਰੀਤ ਹੈ ਕਿ ਜਿਸ ਪਲੰਘ 'ਤੇ ਸੇਜ 'ਤੇ ਰਾਜਕੁਮਾਰ ਅਤੇ ਰਾਜਕੁਮਾਰੀ ਪਹਿਲੀ ਰਾਤ ਸੌਂਦੇ ਨੇ, ਉੱਥੇ ਇੱਕ ਰੀਤ ਹੈ ਕਿ ਉਹ ਪਲੰਘ ਪਹਿਲੀ ਰਾਤ ਇੱਕ ਇੱਕ ਰੱਸੀ ਕਰਕੇ ਉਹ ਰਾਜਾ ਉਧੇੜਦਾ, ਜਾਣੀ ਲਾੜਾ ਉਧੇੜਦਾ, ਅਤੇ ਫਿਰ ਉਸਨੂੰ ਬੁਣਦਾ, ਅਤੇ ਉਦੋਂ ਤੱਕ ਜਿੰਨੀ ਦੇਰ ਉਹ ਪਲੰਘ ਨਹੀਂ ਦੁਬਾਰਾ ਬੁਣਿਆ ਜਾਂਦਾ, ਉੰਨੀ ਦੇਰ ਤੱਕ ਦੋਹਾਂ 'ਚ ਕੋਈ ਗੱਲ ਨਹੀਂ ਹੁੰਦੀ, ਲਾੜੀ ਅਤੇ ਲਾੜੇ 'ਚ। ਉਸ ਤੋਂ ਬਾਅਦ ਫਿਰ ਸ਼ਗਨ ਮੁੱਕਣ ਤੋਂ ਬਾਅਦ ਮੂੰਹ ਦਿਖਾਈ ਹੁੰਦੀ ਹੈ। ਉਹ ਵਜ਼ੀਰ ਕਹਿੰਦਾ ਠੀਕ ਹੈ, ਵਜ਼ੀਰ ਦਾ ਪੁੱਤਰ ਕਹਿੰਦਾ ਜਿਵੇਂ ਤੁਹਾਨੂੰ ਮਨਜ਼ੂਰ ਹੈ। ਵਜ਼ੀਰ ਦਾ ਪੁੱਤਰ ਹੰਗਾਰਾ ਤਾਂ ਭਰ ਬੈਠਾ, ਪਰ ਜਦੋਂ ਉਸਨੇ ਪਲੰਘ ਦੀ ਬੁਣਤੀ ਵੇਖੀ ਤਾਂ ਉਸ 'ਤੇ ਰੰਗ ਉੱਡ ਗਏ। ਇਹ ਪਲੰਘ ਬਹੁਤ ਬਰੀਕ ਅਤੇ ਗੁੰਝਲਦਾਰ ਸੀ, ਪਰ ਹੁਣ ਚਾਰਾ ਵੀ ਕੀ ਸੀ? ਉਹ ਅੱਧੀ ਰਾਤ ਤੱਕ ਪਲੰਘ ਨੂੰ ਉਧੇੜਦਾ ਰਿਹਾ ਅਤੇ ਫਿਰ ਬੁਣਨ ਬੈਠ ਗਿਆ। ਅਜੇ ਪਲੰਘ ਅੱਧਾ ਵੀ ਨਹੀਂ ਸੀ ਬੁਣਿਆ ਅਤੇ ਫਿਰ ਪੌ ਫੁੱਟੀ ਅਤੇ ਚਿੜੀਆਂ ਚਹਿਕਣ ਲੱਗ ਪਈਆਂ। ਅਤੇ ਅਕਲਾਂ ਵਾਲੀ ਨੇ ਆਖਿਆ ਕਿ ਮੈਂ ਆਪਣੇ ਪਤੀ ਦਾ ਬਚਨ ਪਾਲ ਦਿੱਤਾ ਅਤੇ ਤੁਸੀਂ ਹੁਣ ਇੱਥੇ ਚਲੇ ਜਾਓ, ਸਵੇਰ ਹੋ ਗਈ ਹੈ। ਅਤੇ ਵਜ਼ੀਰ ਦਾ ਪੁੱਤਰ ਮੂੰਹ ਲਟਕਾਈ ਉੱਥੋਂ ਚਲਾ ਗਿਆ। ਉਸ ਦੇ ਚਲੇ ਜਾਣ ਤੋਂ ਬਾਅਦ ਰਾਜਕੁਮਾਰ ਆਇਆ, ਉਹ ਬੜਾ ਉਦਾਸ ਅਤੇ ਨਮੂਝਣਾ ਹੋਇਆ ਸੀਗਾ। ਅਕਲਾਂ ਵਾਲੀ ਨੇ ਉਸਨੂੰ ਸਾਰੀ ਰਾਤ ਦਾ ਮਾਜਰਾ ਸੁਣਾਇਆ ਅਤੇ ਰਾਜਕੁਮਾਰ ਅਕਲਾਂ ਵਾਲੀ ਦੀ ਸੂਝ 'ਤੇ ਦੰਗ ਰਹਿ ਗਿਆ। ਅਤੇ ਅਕਲਾਂ ਵਾਲੀ ਨੇ ਉਸਦਾ ਬਚਨ ਵੀ ਰੱਖ ਲਿਆ ਅਤੇ ਆਪਣੀ ਪੱਤ ਵੀ ਬਚਾ ਲਈ। ਸੋ ਇਹ ਸੀ ਕਹਾਣੀ ਅਕਲਾਂ ਵਾਲੀ। ਸੋ ਇਸ ਦੇ ਵਿੱਚੋਂ ਦੇਖੋ, ਠੀਕ ਹੈ ਪਹਿਲਿਆਂ ਸਮਿਆਂ ਦੇ ਵਿੱਚ ਇਹ ਮਨੋਰੰਜਨ ਸੀ, ਪਰ ਤੁਸੀਂ ਵੇਖੋ ਕਿ ਪਹਿਲਿਆਂ ਸਮਿਆਂ 'ਚ ਕੀ, ਅੱਜ ਵੀ ਦੁਨੀਆ ਭਰ ਦੇ ਵਿੱਚ ਔਰਤ ਦਾ ਕਿਤੇ ਨਾ ਕਿਤੇ ਘੱਟ, ਕਿਤੇ ਨਾ ਕਿਤੇ ਵੱਧ ਈਵਟੀਜ਼ਿੰਗ ਪੂਰੀ ਦੁਨੀਆ 'ਚ ਹੁੰਦਾ ਹੈ। ਕਿਸੇ ਵੀ ਮੁਲਕ 'ਚ ਤੁਸੀਂ ਚਲੇ ਜਾਓ, ਕਿਤੇ ਮਾਮੂਲੀ ਹੈ, ਨਾ ਦੇ ਬਰਾਬਰ, ਆਪਾਂ ਮੈਂ ਸਖਤ ਹੈ ਕਾਨੂੰਨ, ਪਰ ਔਰਤ ਦਾ ਸ਼ੋਸ਼ਣ ਹੁੰਦਾ। ਔਰਤ ਦਾ ਨਹੀਂ, ਹਰ ਕਮਜ਼ੋਰ ਦਾ ਹੁੰਦਾ। ਜੇ ਮੁੰਡਾ ਵੀ ਕਿਤੇ ਕਮਜ਼ੋਰ ਆ ਤਾਂ ਤਕੜੇ ਮੁੰਡੇ ਉਸਦਾ ਵੀ ਸ਼ੋਸ਼ਣ ਕਰਦੇ ਨੇ, ਮਾਨਸਿਕ ਵੀ, ਆਰਥਿਕ ਵੀ, ਜਜ਼ਬਾਤੀ ਵੀ, ਇਮੋਸ਼ਨਲ ਵੀ।
ਸਰੀਰਕ ਵੀ। ਸੋ ਇਸ ਦੌਰਾਨ ਇਹ ਔਰਤ ਨੂੰ ਇੱਕ ਸਿੱਖਿਆ ਦਿੱਤੀ ਗਈ ਹੈ ਅਤੇ ਦੂਸਰਾ ਜਿਹੜੇ ਨੌਜਵਾਨ ਯੰਗ ਉਮਰ ਦੇ ਬੱਚੇ ਨੇ ਉਹਨਾਂ ਨੂੰ ਵੀ ਸਿੱਖਿਆ ਦਿੱਤੀ ਗਈ ਕਿ ਦੇਖੋ ਦੋਸਤੀ ਤੁਹਾਡੇ 'ਚ ਹੈ ਤਾਂ ਠੀਕ ਆ, ਪਰ ਇਸ ਤਰ੍ਹਾਂ ਦੇ ਵਚਨ ਤੁਹਾਨੂੰ ਨਹੀਂ ਕਰਨੇ ਚਾਹੀਦੇ ਜਿਹੜੀ ਕਿ ਤੁਹਾਡੀ ਪਰਸਨਲ ਲਾਈਫ, ਨਿੱਜੀ ਲਾਈਫ 'ਤੇ ਕਿਤੇ ਨਾ ਕਿਤੇ ਭਾਰੂ ਪੈਣ। ਦੂਸਰਾ, ਔਰਤ ਜਾਤ ਨੂੰ ਇਸ ਦੇ ਵਿੱਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਖੁਦਾ ਨਾ ਖਾਸਤਾ ਤੁਹਾਡੀ ਇੱਜ਼ਤ ਆਬਰੂ, ਤੁਹਾਡੀ ਪੱਤ ਦਾਅ 'ਤੇ ਲੱਗੀ ਹੋਵੇ ਤਾਂ ਤੁਸੀਂ ਉੱਥੋਂ ਸਿਆਣਪ ਨਾਲ ਕੰਮ ਲੈਣਾ, ਆਪਣੇ ਘਰ ਦੀ ਮਰਿਆਦਾ ਵੀ ਕਾਇਮ ਰੱਖਣੀ ਹੈ, ਕਿਉਂਕਿ ਔਰਤ ਨੂੰ ਦੁਨੀਆਦਾਰੀ 'ਚ ਵਿਚਰਦਿਆਂ ਕਈ ਵਾਰੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਈਵਨ ਰਿਸ਼ਤਿਆਂ 'ਚ ਵਿਚਰਦਿਆਂ ਵੀ। ਅਤੇ ਉਸਨੂੰ ਹਰ ਰਿਸ਼ਤੇ ਨੂੰ ਨਿਭਾਉਣਾ ਅਤੇ ਉਸ ਦੇ ਨਾਲ ਇੱਕ ਦੂਰੀ ਬਣਾ ਕੇ ਰੱਖਣੀ ਹੈ, ਕਿਹੜੇ ਸਮੇਂ ਕਿਹੜੀ ਤਰਕੀਬ ਨਾਲ ਆਪਣੀ ਇੱਜ਼ਤ ਬਚਾਉਣੀ ਹੈ। ਇਹ ਔਰਤ ਦਾ ਨਾਜ਼ੁਕ ਪੱਖ ਵੀ ਹੈ ਕਿਉਂਕਿ ਸੁਸਾਇਟੀ ਇਸ ਨੂੰ ਪ੍ਰਵਾਨ ਵੀ ਕਿਸੇ ਹੱਦ ਤੱਕ ਕਰਦੀ ਹੈ। ਹੁਣ ਜੇ ਉਹ ਪਹਿਲੀ ਰਾਤ ਹੀ ਪਿੱਟ ਪਟਾਊਗਾ ਪਾ ਲੈਂਦੀ ਕਿ ਤੂੰ ਇੱਥੇ ਮੇਰੀ ਸੁਹਾਗ ਰਾਤ ਵਾਲੇ ਕਮਰੇ 'ਚ ਕਿਵੇਂ ਬੜਿਆ, ਖਲਾਰਾ ਪੈਣਾ ਸੀ ਮਹਿਲ ਦੇ ਵਿੱਚ। ਪਰ ਉਹਨੇ ਫਿਰ ਇਸ ਤਰ੍ਹਾਂ ਦੀ ਤਰਕੀਬ ਕਿ ਸਾਡੇ ਤਾਂ ਰੀਤ ਹੈ ਕਿ ਪਹਿਲਾਂ ਇਸ ਮੰਜੇ ਨੂੰ ਦੇੜੋ ਅਤੇ ਫਿਰ ਇਸ ਨੂੰ ਬਣੋ, ਉਹਨੂੰ ਪਤਾ ਸੀ ਸਮਾਂ ਲੰਘ ਜਾਏਗਾ। ਸੋ ਇਸ ਕਰਕੇ ਔਰਤ ਨੂੰ ਸੁਆਣੀ, ਸਿਆਣੀ, ਸੁਹੰਦਰੀ ਬਣਾਉਣ ਦੇ ਲਈ, ਸਮਝਦਾਰ ਬਣਾਉਣ ਦੇ ਲਈ ਇਸ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਜਾਂਦੀਆਂ ਨੇ ਕਿ ਖੁਦਾ ਨਾ ਖਾਸਤਾ ਕਿਉਂਕਿ ਤੇ ਕੋਈ ਇਸ ਤਰ੍ਹਾਂ ਦੀ ਗੱਲ ਵਾਪਰਦੀ ਹੈ ਆਪਣੀ ਇੱਜ਼ਤ ਆਬਰੂ ਦੀ ਪੱਤ ਦੀ, ਤਾਂ ਤੁਸੀਂ ਉੱਥੋਂ ਕਿਵੇਂ ਪੱਤਰੇ ਬਚਣਾ, ਕਿਵੇਂ ਉਸ ਤੋਂ ਬਚਣਾ, ਇਹ ਇਸ ਦੇ ਵਿੱਚ ਸਿੱਖਿਆ ਦਿੱਤੀ ਗਈ ਹੈ। ਐਂਟਰਟੇਨ ਦੇ ਨਾਲ ਨਾਲ, ਮਨੋਰੰਜਨ ਦੇ ਨਾਲ ਨਾਲ ਇਹ ਮੱਤ ਵੀ ਦਿੱਤੀ ਗਈ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਜਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਆਪਣਾ ਪਟਿਆਲਾ ਸਟੂਡੀਓ ਦਾ ਮੇਰਾ ਨੰਬਰ ਹੈ 9873096555, 9876309655, 9876309655 ਆਪਣਾ ਵਟਸਐਪ ਗਰੁੱਪ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਅਤੇ ਇਸੇ ਹੀ ਨੰਬਰ 'ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ। ਅਤੇ ਇਹ ਸਾਰੀਆਂ ਕਹਾਣੀਆਂ ਆਪਾਂ ਆਪਣੇ ਕਹਾਣੀ ਭਾਗ ਦੇ ਵਿੱਚ ਪਾ ਦਿੰਦੇ ਹਾਂ ਅਤੇ ਉੱਥੋਂ ਇਹ ਕਹਾਣੀਆਂ ਦਾ ਤੁਸੀਂ ਲੁਤਫ ਲੈ ਸਕਦੇ ਹੋ, ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰ ਦਿਓ।